लोचन ਸਿੰਘ ਬਖਸ਼ੀ ਦੀ ਕਹਾਣੀ ਹੈ پاگل ਨਾ ਹੋਵੇ ਤਾਂ ਬਾਹਰ ਚਾਰੇ ਪਾਸੇ ਕਾਲੀ ਬੋਲੀ ਰਾਤ ਪਸਰੀ ਹੋਈ ਹੈ ਰਾਤ ਦੀਆਂ ਹਨੇਰੀਆਂ ਜ਼ੁਲਫਾਂ ਨੇ ਹਰ ਸ਼ੈ ਨੂੰ ਆਪਣੇ ਤਲਿਸਮੇਹ ਹਨੇਰੇ ਚ ਵਲੇਟ ਲਿਆ ਇੱਕ ਸੰਸਨੀ ਉਪਜਉ ਕੋਸਮੋਸਾ ਹੌਲੀ-ਹੌਲੀ ਰੇਂਗਦਾ ਹੋਇਆ ਤੁਰਿਆ ਆ ਰਿਹਾ ਹੈ ਕਦੀ-ਕਦੀ ਦੂਰੋਂ ਕੋਈ ਤਮਾਕਾ ਸੁਣਾਈ ਦੇ ਜਾਂਦਾ ਹੈ ਬਿਜਲੀ ਚਮਕਦੀ ਹੈ ਫਿਰ ਅੱਖ ਦੇ ਫੋਰਚ ਘੋਰ ਹਨੇਰਾ ਪਸਰ ਜਾਂਦਾ ਹੈ ਪਕੜੋ ਮਾ ਫੁਕੋ ਚੂਹੇ ਬਚਣੇ ਨਹੀਂ ਚਾਹੀਦੇ ਇਹ ਆਵਾਜ਼ਾਂ ਇੱਕ ਬੇਤਰਤੀਬ ਵਕਫੇ ਨਾਲ ਉੱਭਰਦੀਆਂ ਹਨ ਤੇ ਫਿਰ ਮਰਦਾਂ ਔਰਤਾਂ ਤੇ ਬੱਚਿਆਂ ਦੀਆਂ ਮਿਲੀਆਂ ਜੁਲੀਆਂ ਚੀਕਾਂ ਦੇ ਸ਼ੋਰ ਸ਼ਰਾਬੇ ਚ ਵਟ ਜਾਂਦੀਆਂ ਹਨ ਸੁੱਤੋਂ ਨੀਂਦਿਆ ਅੱਖਾਂ ਨਾਲ ਮੈਂ ਖਿੜਕੀ ਤੋਂ ਬਾਹਰ ਝਾਕਣ ਦਾ ਯਤਨ ਕਰਦਾ ਬਾਹਰ ਸੰਘਣਾ ਹਨੇਰਾ ਇਹ ਉਹੀ ਹਨੇਰਾ ਜਿਸ ਬਾਬਤ ਸਿਆਣੇ ਕਹਿੰਦੇ ਹਨ ਕਿ ਹੱਥ ਨੂੰ ਹੱਥ ਦਿਖਾਈ ਨਹੀਂ ਦਿੰਦਾ ਤੇ ਬੰਦੇ ਨੂੰ ਬੰਦਾ ਕਿਵੇਂ ਦੇਖ ਸਕਦਾ ਇਨਸਾਨ ਦੀ ਪਛਾਣ ਉਹ ਵੀ ਬੜੀ ਔਖੀ ਹੋ ਗਈ ਜਾਪਦੀ ਹੈ ਕਿਉਂਕਿ ਹਰ ਬੰਦੇ ਨੇ ਮੂੰਹ ਤੇ ਨਕਾਬ ਪਾਇਆ ਹੋਇਆ ਹੈ ਮੂੰਹ ਤੇ ਮੁਖੌਟਾ ਲਾਇਆ ਹੋਇਆ ਸਾਰਿਆਂ ਦੀਆਂ ਅੱਖੀਆਂ 'ਚ ਖੂਨ ਉਤਰਿਆ ਹੋਇਆ ਪਾਗਲਾ ਵਾਂਗ ਲੋਕ ਅੱਗੇ ਪਿੱਛੇ ਭੱਜ ਰਹੇ ਹਨ ਦਗੜ ਦਗੜਦੀ ਚੂਹਾ ਦੌੜ ਇਹ ਬੰਦੇ ਨਹੀਂ ਪ੍ਰਤੀਤ ਹੁੰਦੇ ਇਹ ਤਾਂ ਕਿਸੇ ਜਾਦੂਈ ਦੇਸ਼ ਦੇ ਪਾਤਰ ਹਨ ਜਿਹੜੇ ਨੰਗ ਢੰਗੇ ਬਾਹਰ ਨਿਕਲ ਆਏ ਹਨ ਉਹਨਾਂ ਦੇ ਹੱਥਾਂ 'ਚ ਤਲਵਾਰਾਂ ਹਨ ਦਰਸ਼ੂਲ ਹਨ ਚਾਕੂ ਹਨ ਪਾਲੇ ਹਨ ਤੇਲ ਦੇ ਕਨਸਤਰ ਹਨ ਪੈਟਰੋਲ ਦੇ ਟੀਨ ਹਨ ਛੋਟੇ ਵੱਡੇ ਹੱਥਾਂ 'ਚ ਲੋਹੇ ਦੀਆਂ ਛੜਾਂ ਹਨ ਤੇ ਉਗੜ ਦੁਗੜ ਭੱਜਦੇ ਚੂਹਿਆਂ ਦੇ ਮਗਰ ਨੱਠ ਰਹੇ ਪਿਛਲੇ 36 ਘੰਟਿਆਂ ਤੋਂ ਆਪਣੇ ਹਸਪਤਾਲ ਦੀ ਬਲਗਨ 'ਚ ਘਿਰਿਆ ਪਿਆ ਕੱਟੇ ਹੋਏ ਅੰਗ ਵੱਡੇ ਹੋਏ ਧੜ ਪਾਟੇ ਹੋਏ ਸਿਰ ਕੁਚਲੇ ਸਰੀਰ ਮੇਰੇ ਆਲੇ ਦੁਆਲੇ ਖਿਲਰੇ ਪਏ ਹਨ ਪਿਛਲੇ 36 ਘੰਟਿਆਂ ਤੋਂ ਮੈਂ ਆਪਣੇ ਰਿਲੀਫ ਦਾ ਇੰਤਜ਼ਾਰ ਕਰ ਰਿਹਾ ਉਹ ਨਹੀਂ ਆਇਆ ਸ਼ਾਇਦ ਹੁਣ ਉਹ ਕਦੀ ਨਹੀਂ ਆਏਗਾ ਪਰ ਇੱਕ ਡਾਕਟਰ ਹੋਣ ਦੇ ਨਾਤੇ ਮੈਂ ਸਭ ਕੁਝ ਛੱਡ ਕੇ ਨਹੀਂ ਜਾ ਸਕਦਾ ਡਾਕਟਰ ਜੀ ਨੇ ਮੈਨੂੰ ਰਿਲੀਫ ਕਰਨਾ ਹੈ ਉਹ ਸ਼ਹਿਰ ਦੇ ਅੰਦਰਲੇ ਇਲਾਕੇ ਚ ਚੂਹਿਆਂ ਵਾਲੀ ਬਸਤੀ 'ਚ ਰਹਿੰਦਾ ਹੈ ਸ਼ਾਇਦ ਸੀਵਦੇਰੇ ਠੀਕ ਹੋਏਗਾ ਮੈਨੂੰ ਚੇਤਾ ਹੈ ਉਸ ਦਿਨ ਮੈਂ ਉਹਦੇ ਘਰੋਂ ਹੀ ਵਾਪਸ ਆ ਰਿਹਾ ਸੀ ਜਦੋਂ ਮੈਨੂੰ ਗਲੀ ਦੀ ਨੁੱਕੜ ਤੇ ਉਹ ਗੁੰਡੇ ਮਿਲੇ ਸੀ ਆਪਣੇ ਵਿਚਾਰ ਇੱਕ ਗੈਰ ਰਸਮ ਗੈਰ ਧਰਮ ਦੇ ਬੰਦੇ ਨੂੰ ਇਕੱਲਿਆਂ ਵੇਖ ਕੇ ਉਹਨਾਂ ਦਾ ਹੌਸਲਾ ਵਧ ਗਿਆ ਸੀ। ਉਹ ਤਾਂ ਆਪਣੇ ਗਲੀ 'ਚ ਕੁੱਤਾ ਵੀ ਸ਼ੇਰ ਹੁੰਦਾ ਪਰ ਉਹਨਾਂ ਦੀਆਂ ਚੰਗਰਾਂ ਜ਼ਹਿਰ 'ਚ ਭਿੱਜੇ ਤੀਰ ਸੀ। ਲੱਗਦਾ ਸੀ ਜ਼ਬਾਨ ਦੀ ਥਾਵੇਂ ਕਿਸੇ ਨੇ ਉਹਨਾਂ ਦੇ ਮੂੰਹ 'ਚ ਤਿੱਖੀਆਂ ਛੁਰੀਆਂ ਰੱਖ ਦਿੱਤੀਆਂ ਸਨ। ਉਹਨਾਂ ਮੇਰੇ ਵੱਲ ਵੇਖਿਆ ਫਿਰ ਇੱਕ ਦੂਜੇ ਵੱਲ ਵੇਖਿਆ ਫਿਰ ਉਹਨਾਂ ਦੇ ਚਿਹਰਿਆਂ 'ਤੇ ਇੱਕ ਹਲਕੀ ਜਿਹੀ ਕਮੀਨੀ ਮਸ਼ਕਰੀ ਉੱਪਰ ਦੀ ਮੈਨੂੰ ਪ੍ਰਤੀਤ ਹੋਈ। ਗੱਲਾਂ ਆਪਸ 'ਚ ਕਰਦੇ ਸਨ ਸੁਣਾਵਟਾ ਮੇਰੇ ਵੱਲ ਸੁੱਟਦੇ ਸਨ। ਮਤਾਂ ਕਿਸੇ ਭੁਲੇਖੇ 'ਚ ਹੋਵੇਂ। ਤੁਨ ਦੇਾਂਗੇ ਸਾਰਿਆਂ ਨੂੰ ਸੌਲੇ ਨਾ ਹੋਵਾਂ ਤਾਂ ਸਾਡੇ ਨਾਲ ਪੰਗਾ ਲੈਂਦੇ ਹੋ ਫਿਰ ਦੂਜਾ ਬੋਲਿਆ ਰਾਤੀ ਆਵਾਂਗੇ ਕਹਿ ਦਈ ਸੁ ਤਿਆਰ ਰਹੇ ਪਤਾ ਨਹੀਂ ਕਿੰਨਾ ਕੁਝ ਹੋਰ ਪੱਕਦੇ ਰਹੇ ਕੰਨ ਬਲੇਟ ਕੇ ਮੈਂ ਤੁਰ ਆਇਆ ਦੇਰ ਤੱਕ ਮੇਰੇ ਕੰਨਾਂ 'ਚ ਗੰਦੀ ਸ਼ਰਾਰਤੀ ਬੋਲ ਗੂੰਜਦੇ ਰਹਿੰਦੇ ਫਿਰ ਦੂਰ ਕੋਈ ਧੁਮਾਕਾ ਹੁੰਦਾ ਏਕ ਹੋਰ ਮੈਂ ਆਪਣੇ ਵਾਰਡ ਦੀ ਖਿੜਕੀ 'ਚੋਂ ਬਾਹਰ ਝਾਕਦਾ ਧੂਆਂ ਧਾਰ ਹਨੇਰੇ 'ਚੋਂ ਅੱਗ ਦੇ ਲੰਬੂ ਉੱਠਦੇ ਹੋਏ ਪ੍ਰਤੀਤ ਹੁੰਦੇ ਹਨ ਹਰ ਹਰ ਮਹਾਦੇਵ ਬੋਲੇ ਸੋਨਿਹਾਲ ਹਨੇਰੇ ਚਿਰਪਾ ਨਾਲਿਸ਼ਕ ਦੀਆਂ ਹਨ ਤਿਰਸ਼ੂਲ ਚਮਕਦੇ ਹਨ ਫਿਰ ਕਾਲੇ ਧੂਏ ਦੇ ਪੇਜ ਸਾਰੇ ਦ੍ਰਿਸ਼ ਨੂੰ ਢੱਕ ਲੈਂਦੇ ਹਨ ਬਲਦੇ ਹੋਏ ਸਿਵਿਆਂ ਦੀ ਸੜਾਂ ਸਾਰੇ ਵਾਤਾਵਰਣ ਚ ਫੈਲ ਜਾਂਦੀ ਹੈ ਸਿਵਿਆਂ ਚ ਉੱਠਦੇ ਸ਼ੋਲੇ ਅਣਗਿਣਤ ਬਾਹਾਂ ਦਾ ਰੂਪ ਧਾਰ ਕੇ ਪ੍ਰਕਾਸ਼ ਨੂੰ ਹਾਲ ਪਾਰਿਆ ਕਰ ਰਹੇ ਹਨ ਮੇਰਾ ਸਿਰ ਪਾਟ ਰਿਹਾ ਹੈ ਮੇਰੀਆਂ ਕੰਨ ਪੱਟੀਆਂ ਵਿੱਚ ਤਰਾਟਾਂ ਉੱਠ ਰਹੀਆਂ ਮੇਰੀਆਂ ਉਂਗਲਾਂ ਦੇ ਪੋਟੇਚਲੋਂ ਚਲੂੰ ਕਰ ਰਹੇ ਹਨ ਮੇਰੇ ਆਲੇ ਦੁਆਲੇ ਕੱਟੇ ਹੋਏ ਸਰੀਰਾਂ ਦੇ ਅੰਗ ਇੱਕ ਪਿਰਾਮਿਡ ਵਾਂਗ ਉੱਪਰ ਦੇ ਚਲੇ ਜਾ ਰਹੇ ਹਨ ਇਹ ਕੌਣ ਲੋਕ ਹਨ ਮੇਰੇ ਆਪਣੇ ਹਨ ਜਾਂ ਬਰਾਏ ਕਮਾਲ ਹੈ 36 ਘੰਟਿਆਂ 'ਚ ਮੈਂ ਆਪਣੇ ਬਰਾਏ ਦੀ ਤਮੀਜ਼ ਵੀ ਕਰਨ ਲੱਗ ਪਿਆ ਮੇਰੇ ਆਪਣੇ ਸਰੀਰ ਦੀ ਆਪਣਾਤ ਵੀ ਗਵਾਚ ਗਈ ਜਾਪਦੀ ਹੈ ਮੈਂ ਕੌਣ ਆ ਮੇਰਾ ਧਰਮ ਕੀ ਹੈ ਭਾਈ ਡਾਕਟਰ ਦਾ ਕੋਈ ਧਰਮ ਨਹੀਂ ਹੁੰਦਾ ਡਾਕਟਰ ਦਾ ਧਰਮ ਤਾਂ ਰੋਗੀਆਂ ਦੀ ਸੇਵਾ ਹੈ ਦੁੱਖ ਦੇ ਪੋਟਿਆਂ ਨਾਲ ਵੀ ਉਹਨਾਂ ਦੇ ਜ਼ਖਮ ਸੀਰਿਆ ਫੱਟੇ ਹੋਏ ਸਰੀਰਾਂ ਦੀ ਮੱਲਮ ਪੱਟੀ ਕਰ ਰਿਆਂ ਮੇਰੇ ਆਲੇ ਦੁਆਲੇ ਮਨੁੱਖਤਾ ਸਿਸਕ ਰਹੀ ਹੈ ਟੁੱਟੀ ਹੋਈ ਲੋਕਾਈ ਖਿਲ ਰਹੀ ਪਈ ਹੈ ਅਬੋਧ ਬਾਲਗ ਵਾਂਗ ਜਿਹੜਾ ਟੁੱਟੇ ਹੋਏ ਘਰਾਂ ਦੀਆਂ ਕੰਦਾ ਮੁੜ ਕੇ ਸੱਜਰੀ ਰੇਤ ਨਾਲ ਖੜੀਆਂ ਕਰਨ ਦਾ ਯਤਨ ਕਰਦਾ ਮੈਂ ਇਸ ਲੁੱਟੀ ਹੋਈ ਕਾਇਨਾਤ ਵਿੱਚ ਮੁੜ ਕੇ ਗੁਲ ਬੂਟੇ ਖੜਾਉਂਦਾ ਪ੍ਰਯਾਸ ਕਰ ਰਿਆਂ ਇਹਨਾਂ ਸਾਰਿਆਂ ਦੀ ਦਵਾ ਤਾਂ ਮੇਰੇ ਪਾਸ ਹੈ ਸ਼ਫਾ ਨਹੀਂ ਸ਼ਫਾ ਤਾਂ ਭਗਵਾਨ ਦੇ ਹੱਥ 'ਚ ਹੈ ਭਗਵਾਨ ਤੁਸੀਂ ਭਗਵਾਨ ਦੀ ਗੱਲ ਕਰਦੇ ਹੋ ਡਾਕਟਰ ਸਾਹਿਬ ਭਗਵਾਨ ਕੱਲ ਤੀਕ ਉਹ ਸਾਹਮਣੇ ਵਾਲੇ ਮੰਦਰ ਚ ਰਹਿੰਦਾ ਸੀ ਅੱਜ ਉਸ ਕਾਲੀ ਬੋਲੀ ਰਾਤ ਦੇ ਹਨੇਰੇ ਚ ਕਿਧਰੇ ਗਵਾਚ ਗਿਆ ਬਸ ਫਸਾਦੀ ਆਏ ਹੱਥਾਂ ਚ ਲੋਹਾ ਦੀਆਂ ਛੜਾਂ ਲੈ ਕੇ ਤ੍ਰਿਸ਼ੂਲ ਤੇ ਤਲਵਾਰਾਂ ਲੈ ਕੇ ਉਹਨਾਂ ਨੇ ਭਗਵਾਨ ਨੂੰ ਘਰੋਂ ਬੇਕਾਰ ਕਰ ਦਿੱਤਾ ਉਹਨੂੰ ਬਹੁਤ ਤੇਰੇ ਤਰਲੇ ਪਾਇ ਬਹੁਤ ਤੇਰੇ ਹਾੜੇ ਕੱਢੇ ਪਰ ਉਹ ਨਾ ਇੱਕ ਨਾ ਸੁਣੀ ਉਹਨਾਂ ਨੇ ਭਗਵਾਨ ਨੂੰ ਡੰਡਾ ਵਿਖਾਇਆ ਤੇ ਉਹ ਸਹਿਮਿਆ ਹੋਇਆ ਡਰ ਨਾਲ ਕੰਬਦਾ ਹੋਇਆ ਘਰੋਂ ਬੇਕਾਰ ਹੋ ਗਿਆ ਭਗਵਾਨ ਨੇ ਆਖਿਆ ਭਲੇ ਲੋਕੋ ਮੈਂ ਤੁਹਾਨੂੰ ਸਭ ਕੁਝ ਦੇ ਸਕਦਾ ਮੇਰੇ ਪਾਸ ਕਿਸੇ ਚੀਜ਼ ਦੀ ਕਮੀ ਨਹੀਂ ਹੀਰੇ ਜਵਾਹਰਾਤ ਕਿਉ ਕੱਪੜੇ ਮੈਦਾ ਜੋ ਚਾਹੇ ਲੈ ਲਓ ਪਰ ਮੈਨੂੰ ਮੇਰੇ ਘਰੋਂ ਬੇਕਾਰ ਨਾ ਕਰੋ ওই ਤੂੰ ਕੌਣ ਹੈ ਬੜਾ ਖੁਦਾਬਣੀ ਕਰਦਾ ਮੈਂ ਮੈਂ ਇਸ ਸ੍ਰਿਸ਼ਟੀ ਦਾ ਮਾਲਕ ਇਹ ਸਾਰੀ ਕਾਇਨਾਤ ਦਾ ਖਾਲਕ ਵਾ ਵਾ ਸਾਰੇ ਲੋਕ ਪਾਗਲਾ ਮੰਗ ਹਸਪੰਦੇ ਫਿਰ ਕੋਈ ਬੋਲਦਾ ਅੱਛਾ ਖਾਸਾ ਬਹਿ ਰੁਪੀਆ ਹੈ ਆਪਣੇ ਆਪ ਨੂੰ ਖੁਦਾ ਸਮਝਦੇ ਚੁੱਕ ਕੇ ਬੂਰੀਏ ਬਿਸਤਰੇ ਸਮੇਤ ਬਾਹਰ ਸੁੱਟੋ ਇੱਕ ਬੰਨਿਆ ਆਵਾਜ਼ ਆਈ ਓਏ ਮਾਲਕ ਸਿੰਘ ਵਲਦ ਖਲਕ ਸਿੰਘ ਉਰਫ ਮਾਲਕ ਰਾਮ ਵਲਦ ਖਲਕ ਰਾਮ ਅਲਿਆਸ ਮਾਲਕ हुसैन ਵਲਦ ਖਲਕ हुसैन ਜੋ ਵੀ ਤੂੰ ਹੈ ਹਵੇਲੀ ਤੋਂ ਬਾਹਰ ਹੋ ਜਾ ਸਾਨੂੰ ਆਪਣੇ ਘੋੜਿਆਂ ਲਈ ਤਵੇਲਾ ਚਾਹੀਦਾ ਰਬਉਲਾਲਮੀਨ ਹੈਰਾਨ ਪਰੇਸ਼ਾਨ ਬਿਟਰ ਬਿਟਰ ਵੇਖ ਰਿਹਾ ਹੈ ਇਹ ਪਾਣਾ ਕੀ ਵਰਤ ਗਿਆ ਕੱਲ ਤੱਕ ਇਹਨਾਂ ਦੇ ਮੂੰਹ 'ਚ ਜ਼ੁਬਾਨ ਨਹੀਂ ਸੀ ਕਲ ਤੱਕੇ ਡਰੀ ਹੋਈ ਸੈਮੀ ਹੋਈ ਮਖਲੂਕ ਸੀ ਪਰ ਅਜ ਮੈਨੂੰ ਹੀ ਅੱਖਾਂ ਬੁਖਾਰੀ ਹੈ ਕਿੱਥੇ ਗਿਆ ਮੇਰਾ ਰੂਪ ਮੇਰਾ ਜਲਾਲ ਮੇਰਾ ਖੌਫ ਮੇਰੀ ਪਵਿੱਤਰਤਾ ਰਬਉਲਾਲਮੀਨ ਨੇ ਵੇਖਿਆ ਮਸਜਿਦ ਦੇ ਮিনারਾਂ ਤੀਕ ਹਨੇਰੇ ਦਾ ਸਮੁੰਦਰ ਠਾਠਾ ਮਾਰ ਰਿਹਾ ਸੀ ਉਹਨੇ ਸੋਚਿਆ ਬਿਹਤਰੀ ਇਸੇ ਚ ਹੈ ਸਮੁੰਦਰ ਚ ਖੁਦ ਕੇ ਜਾਨ ਬਚਾਈ ਜਾਏ ਜਿਸ ਵੇਲੇ ਮਸਜਿਦ ਦੇ ਮিনার ਤੋਂ ਸਰਗੀ ਦੀ ਪਹਿਲੀ ਨਮਾਜ਼ ਦੀ ਅਜ਼ਾਨ ਭੰਪੂ ਵਿੱਚ ਗੂੰਜਣ ਲੱਗੀ ਤਾਂ ਉਸ ਵੇਲੇ ਹਨੇਰੇ ਦੇ ਸਮੁੰਦਰ ਚ ਲਹਿਰਾਂ ਉੱਪਰੀਆਂ ਰੱਬ ਨੂੰ ਪਹਿਲੀ ਵਾਰ ਅਹਿਸਾਸ ਹੋਇਆ ਨਫਰਤ ਦੀ ਖਲੀਜ਼ ਜਿੰਨੀ ਡੂੰਗੀ ਹੈ ਉਨੀ ਲੰਮੀ ਤੇ ਚੌੜੀ ਵੀ ਹੈ ਇਹਨੂੰ ਪਾਰ ਕਰਨਾ ਸਹਿਲ ਨਹੀਂ ਪੋਂਪੂ ਬੋਲ ਰਿਹਾ ਸੀ ਅੱਲਾਹੁ ਅਕਬਰ ਅੱਲਾ ਸਭ ਤੋਂ ਵੱਡਾ ਹੈ ਕਿਸੇ ਨੇ ਗिरा ਲਗਾਈ ਸਮੁੰਦਰ ਤੋਂ ਵੀ ਵੱਡਾ ਹੈ ਇਸੇ ਲਈ ਤਾਂ ਸਮੁੰਦਰ ਚ ਡੁੱਬਿਆ ਨਹੀਂ ਲਾਈਫ ਜੈਕਟ ਪਾਈ ਸੋ ਕਿਸੇ ਨੇ ਸੁਰ ਚ ਸੁਰ ਜੋੜਿਆ ਹਸਪਤਾਲ ਦੀ ਇਮਾਰਤ ਜਿੱਥੇ ਮੈਂ ਬੈਠਾ ਕੱਲ ਤੱਕ ਇਹ ਪਾਗਲਖਾਨਾ ਸੀ ਅੰਗਰੇਜ਼ੀ ਸਰਕਾਰ ਨੇ ਇਹਨੂੰ ਬਣਵਾਇਆ ਸੀ ਸਾਰੇ ਪਰਿਸਰ ਦੇ ਚਾਰੇ ਪਾਸੇ ਗਿਰਜਾ ਗੁਰਦੁਆਰਾ ਮੰਦਰ ਤੇ ਮਸਜਿਦ ਬਣੀ ਹੋਏ ਸਨ ਉੱਚੀ ਚਾਰਦਵਾਰੀ ਦੇ ਅੰਦਰ ਪਹਾੜੀ ਦੀ ਸ਼ਿਖਰ ਤੇ ਬਣੀ ਆਇ ਪਰਿਸਰ ਇੰਨਾ ਸ਼ਾਨਦਾਰ ਸੀ ਕਿ ਰਾਤ ਦੀਆਂ ਰੌਸ਼ਨੀਆਂ ਦੀ ਜਗਮਗਾਹ ਹਰ ਇੱਕ ਪਰੀਕਰ ਪ੍ਰਤੀਤ ਹੁੰਦਾ ਸੀ ਜਿਹਨੂੰ ਵੇਖ ਕੇ ਚੰਗਾ ਭਲਾ ਬੰਦਾ ਪਾਗਲ ਹੋ ਜਾਏ ਕੱਲ ਤੀਕੇ ਸਾਰੇ ਲੋਕ ਇੱਥੇ ਰਹਿੰਦੇ ਸੀ ਅੱਜ ਪਾਗਲਖਾਨੇ ਦੇ ਬੂਏ ਭੰਨ ਕੇ ਨਿਕਲ ਗਏ ਉਹਨਾਂ ਦੇ ਹੱਥਾਂ 'ਚ ਤਲਵਾਰਾਂ ਹਨ ਤ੍ਰਿਸ਼ੂਲ ਹਨ ਬਰਚੇ ਹਨ ਭਾਲੇ ਹਨ ਭਾਲੇ ਹਨ ਕਾਲੀ ਬੋਲੀ ਰਾਤ ਨੇ ਸਾਰੀਆਂ ਮੇਡੀਆਂ ਇੱਕ ਇੱਕ ਕਰਕੇ ਸਿਮੇਟ ਲਈਆਂ ਹਨ ਲੱਗਦਾ ਹੈ ਬਿਫਰੇ ਹੋਏ ਸੱਪਾਂ ਨੂੰ ਪਟਾਰੇ 'ਚ ਬੰਦ ਕਰਨ ਦਾ ਯਤਨ ਕਰ ਰਹੀ ਹੈ ਪਰ ਉਹਦੀਆਂ ਜ਼ੁਲਫਾਂ ਦਾ ਸਰਸਰਾਂ ਦੀਆਂ ਹੋਈਆਂ ਫਾਂਸੀ ਦੀਆਂ ਰस्सियां ਹਨ ਜਿਨ੍ਹਾਂ ਦੀ ਮਖਮਲੀ ਪਕੜ ਬੜੀ ਪੀੜੀ ਹੈ ਹਰ ਪਾਸੇ ਕੁਰਲਾਟ ਹੈ ਮੂੰਹ ਸਿਰ ਪੱਟੀ ਵਾਲਾਂ ਵਾਲੀਆਂ ਕਲਯੋਗਣਾ ਹੱਥ 'ਚ ਖੱਪਰ ਫੜੀ ਚੀਕ ਰਹੀਆਂ ਹਨ ਉਹਨਾਂ ਦੇ ਵੈਣ ਜ਼ਹਿਰ 'ਚ 부ਜੇ ਤੀਰਾਂ ਵਾਂਗ ਫਿਜ਼ਾ ਵਿੱਚ ਆਜ਼ਾਦ ਉੱਡਦੇ ਇੱਕ ਦੂਜੇ ਦੇ ਗਲੇ ਮਿਲ ਰਹੇ ਹਨ ਰਾਖਸ਼ੀ ਨਾਚ ਦੀ ਲੈ ਤਿੱਖੀ ਹੁੰਦੀ ਜਾਂਦੀ ਹੈ ਫਿਰ ਫਿਜ਼ਾ 'ਚ ਇੱਕ ਬੋਲ ਉੱਭਰਦਾ ਹੈ ਹੈ ਕੋਈ ਅੱਲਾ ਵਾਲਾ ਹੈ ਕੋਈ ਰੱਬ ਦਾ ਭਗਤ ਕੋਈ ਗੁਰੂ ਦਾ ਪਿਆਰਾ ਜੋ ਇਸ ਪਿਆਸੀ ਦੀ ਪਿਆਸ बुझाਏ ਆਓ ਲੋਕੋ ਆਓ ਮੇਰਾ ਖੱਪਰ ਆਪਣੀ ਰੱਤ ਨਾਲ ਭਰੋ ਪਰ ਖੱਪਰ ਤਾਂ ਅੰਦਰੋਂ ਪਾਟਿਆ ਹੋਇਆ ਹੈ ਰੱਤ ਉਸ ਚਿੱਟੀ ਕਿ ਦੀ ਨਹੀਂ ਦਬਾਅ ਦਬ ਧਰਤੀ ਤੇ ਡੁੱਲਦੀ ਜਾਂਦੀ ਹੈ ਲਹੂ ਦੀ ਨਦੀ ਛਾੜ ਆ ਗਿਆ ਜਪਦਾ ਧਾਰਮਿਕ ਗ੍ਰੰਥਾਂ ਚ ਲਿਖਿਆ ਹੋਇਆ ਇਸ ਧਰਤੀ ਤੇ ਇੰਨਾ ਲਹੂ ਡੁੱਲੇਗਾ ਕਿ ਘੋੜੇ ਦੀਆਂ ਲੱਤਾਂ ਵਿੱਚ ਡੁੱਬ ਜਾਣਗੇ ਅੰਗਿਆਨੀ ਜੀ ਕਹਿੰਦੇ ਅਜੇ ਕਿਹੜਾ ਅੰਤ ਹੈ ਘੋੜੇ ਦੀਆਂ ਲੱਤਾਂ ਛੱਡ ਕੇ ਘੋੜਾ ਸਵਾਰ ਸਮੇਤ ਡੁੱਬ ਜਾਏਗਾ ਪੰਡਤ ਜੀ ਭਵਿੱਖਬਾਣੀ ਕਰਦੇ ਹੈ ਤੋਬਾ ਤੋਬਾ ਮੌਲਾਨਾ ਕੰਨਾਂ ਨੂੰ ਹੱਥ ਲਾਉਂਦੇ ਹੈ ਜੀਆਂ ਇਹ ਪਰਲੋ ਦੀਆਂ ਨਿਸ਼ਾਨੀਆਂ ਹੈ ਵਾਹਿਗੁਰੂ ਵਾਹਿਗੁਰੂ ਪੰਡਤ ਜੀ ਤੇ ਗਿਆਨੀ ਜੀ ਕੋਸੁਰਚ ਬੋਲਦੇ ਹੈ ਔਰ ਕਿਆਮਤ ਕਿਹਨੂੰ ਕਹਿੰਦੇ ਆ ਭਾਈ ਇਹ ਸਵਾਲ ਮੌਲਵੀ ਸਾਹਿਬ ਦਾ ਹੈ ਉਹ ਆਪੇ ਉੱਤਰ ਦਿੰਦੇ ਇਹੋ ਕਿਆਮਤ ਹੈ ਬ੍ਰਦਰ ਜਿਹਦਾ ਜ਼ਿਕਰ ਹਜ਼ਰਤ ਨੇ ਆਪਣੀ ਕਲਮ ਨਾਲ ਆਪ ਕੀਤਾ ਹੈ ਉਹਨਾਂ ਦੀਆਂ ਗੱਲਾਂ ਸੁਣ ਸੁਣ ਕੇ ਮੈਂ ਪਾਗਲ ਹੁੰਦਾ ਜਾ ਰਿਹਾ ਮੈਂ ਜੋ ਉਹਨਾਂ ਦੇ ਪਾਗਲਪਨ ਦਾ ਇਲਾਜ ਕਰਨ ਆਇਆ ਸੀ ਉਹ ਸਾਰੇ ਬਾਹਰ ਭੱਜ ਗਏ ਤੇ ਮੈਨੂੰ ਆਪਣੇ ਵਾਰਡ 'ਚ ਬੰਦ ਕਰ ਗਏ ਡਾਕਟਰ ਤੇਰੇ ਪਾਸ ਇਸ ਮਰਜ਼ ਦਾ ਕੋਈ ਇਲਾਜ ਨਹੀਂ ਤੂੰ ਲੋਕਾਂ ਦੇ ਜ਼ਖਮਾਂ ਤੇ ਮੱਲਮ ਲਾ ਸਕਦਾ ਹੈ ਉਹਨਾਂ ਦੇ ਪਾਟੇ ਜਿਸਮ ਸੀ ਸਕਦਾ ਟੁੱਟੀਆਂ ਹੱਡੀਆਂ ਜੋੜ ਸਕਦਾ ਹੈ ਪਰ ਜਿਸ ਰੋਗ ਦਾ ਨਾਮ ਨਫ਼ਰਤ ਹੈ ਤੇਰੇ پاس ਉਹਦਾ ਇਲਾਜ ਕੋਈ ਨਹੀਂ ਨਫ਼ਰਤ ਨੇ ਇਸ ਧਰਤੀ ਤੇ ਮਹਾਭਾਰਤ ਨੂੰ ਜਨਮ ਦਿੱਤਾ ਕੌਰਵਾਂ ਤੇ ਪੰਡਵਾਂ ਦਾ ਵਿਨਾਸ਼ ਹੋ ਗਿਆ ਨਫ਼ਰਤ ਨੇ ਰਮਾਇਣ ਦੀ ਨਹੀਂ ਰੱਖੀ ਅਣਗਿੰਤ ਸੈਨਿਕ ਤੇ ਸੰਪਤੀ ਨਸ਼ਟ ਹੋ ਗਈ ਇਤਿਹਾਸ ਨਫ਼ਰਤ ਉਪਜੀਆਂ ਲੜਾਈਆਂ ਦੇ ਉਲੇਖ ਨਾਲ ਭਰਿਆ ਪਿਆ ਜਿਸ ਆਦਮੀ ਨੇ ਅਕਲ ਦੀ ਗੱਲ ਕੀਤੀ ਅਸੀਂ ਉਸੇ ਦਾ ਤ੍ਰਿਸਕਾਰ ਕੀਤਾ ਅਸੀਂ ਆਦਮ ਦੇ ਪੁੱਤਰਾਂ ਨੇ ਹੀ ਸਮਸੀ ਨੂੰ ਸੂਲੀ ਤੇ ਟੰਗਿਆ ਗੁਰੂ ਨਾਨਕ ਨੂੰ ਭੂਤਨਾ ਤੇ ਬੇਤਾਲਾ ਆਖਿਆ ਐਨ ਹਲ ਐਨੋਲ ਹੱਕ ਦਾ ਨਹਰਾ ਲਾਉਣ ਵਾਲੇ ਸ਼ਮਸ ਤਬਰੀਜ਼ ਦੀ ਖਲ ਲੋਾਈ ਸ਼ਿਬਲੀ ਨੂੰ ਜ਼ਲੇਲ ਕੀਤਾ ਅਸੀਂ ਸੋ크ਰਾਟ ਨੂੰ ਜ਼ਹਿਰ ਪਿਲਾਇਆ ਮਹਾਤਮਾ ਗਾਂਧੀ ਨੂੰ ਗੋਲੀਆਂ ਮਾਰੀਆਂ ਕਿਉਂ ਇਸ ਲਈ ਕਿਉਂ ਪਿਆਰ ਦੇ ਫਰਿਸ਼ਤੇ ਦੀ ਮੌਜੂਦਗੀ ਵਿੱਚ ਅੰਧਕਾਰ ਪਨਪ ਨਹੀਂ ਸਕਦਾ ਡਾਕਟਰ ਤੂੰ ਨਫ਼ਰਤ ਦਾ ਇਲਾਜ ਨਹੀਂ ਕਰ ਸਕਦਾ ਨਫ਼ਰਤ ਇੱਕ ਫੋੜਾ ਨਹੀਂ ਜਿਹਨੂੰ ਤੋ ਕੱਟ ਕੇ ਪਰਾਂ ਭਗਾ ਮਾਰੇਗਾ ਇਹ ਤਾਂ ਅੰਦਰ ਹੀ ਅੰਦਰ ਰਿਸਣ ਵਾਲਾ ਨਸੂਰ ਹੈ ਵੇਖ ਨਫਰਤ ਨੇ ਕੀ ਗੁੱਲ ਖਲਾਇਆ ਮੌਤ ਦੇ ਫਰਿਸ਼ਤੇ ਪਰ ਫੈਲਾਈ ਸਾਰੀ ਵਾਤਾਵਰਣ ਤੇ ਉਮੜ ਆਏ ਹਨ ਮਕਾਨ ਸੜ ਰਹੇ ਹਨ ਦੁਕਾਨਾਂ ਸੜ ਰਹੀਆਂ ਹਨ ਪਿੰਜਰਿਆਂ ਚ ਫਸੇ ਚੂਹਿਆਂ ਵਾਂਗ ਲੋਕ ਬੇਸਹਾਰਾ ਆਪਣੇ ਸਕੇਆਂ ਨੂੰ ਸੜਦੇ ਵੇਖ ਰਹੇ ਹਨ ਇੱਕ ਬੰਦੇ ਦੇ ਹੱਥ ਪੈਰ ਵੱਜੇ ਹੋਏ ਹਨ ਉਹਦੇ ਗਲ ਚ ਟਾਇਰ ਪਾ ਕੇ ਉਸ ਚ ਪੈਟਰੋਲ ਭਰ ਦਿੱਤਾ ਗਿਆ ਅਗਲਾ ਆਤੀ ਗਈ ਹੈ ਮੌਤ ਦੇ ਮੂੰਹ ਚ ਫਸਿਆ ਜਿਉਂਦਾ ਮਨੁੱਖ ਚੀਖ ਰਿਹਾ ਤੜਪ ਰਿਹਾ ਸੜਦੀ ਹੋਈ ਇਸ ਜ਼ਿੰਦਾ লাশ ਨੂੰ ਇੱਕ ਬੰਦਾ ਲੱਤ ਮਾਰਦਾ ਦੂਜਾ ਸੜਕ ਤੇ ਰੋੜ ਦਿੰਦਾ ਤੀਜਾ ਉਹਦੀ ਚਰਬੀ ਦੇ ਲੱਟ ਲੱਟ ਬਲਦੇ ਚਿਰਾਗ ਨੂੰ ਵੇਖ ਕੇ ਪੁੱਛਦਾ ਕਿ ਕਿਸ ਗਾਜ਼ੀ ਦਾ ਮਜ਼ਾਰ ਹੈ ਕਿ ਕਿਸ ਸ਼ਹੀਦ ਦਾ ਸਿਵਾ ਹੈ ਕੋਈ ਉੱਤਰ ਨਹੀਂ ਕਫਨ ਉਤਾਰਨ ਵਾਲੇ ਪਹਿਲਾਂ ਮੁਰਦੇ ਦੀਆਂ ਜੇਬਾਂ ਟਟੋਲਦੇ ਆ ਫਿਰ ਕਫਨ ਉਤਾਰਦੇ ਆ ਤੇ ਅਲਫ਼ ਨੰਗੀ লাশ ਨੂੰ ਲਹੂ ਦੇ ਦਰਿਆ ਚ ਵਹਾ ਦਿੰਦੇ ਆ ਟ੍ਰੱਕਾਂ ਦੇ ਟਰੱਕ ਭਰੇ ਹੋਏ ਬਾਹਰ ਹਸਪਤਾਲ ਦੇ ਵੇਲੇ ਜਾ ਕੇ ਰੁਕਦੇ ਆ। ਕਿਸੇ ਦਾ ਸਿਰ ਨਹੀਂ ਕਿਸੇ ਦੀਆਂ ਲੱਤਾਂ ਨਹੀਂ ਮੁਰਦਾ ਘਰ ਲਾਸ਼ਾਂ ਨਾਲ ਭਰ ਗਿਆ। ਤਿੰਨ ਸਟ੍ਰੈਚਰ ਮੇਰੇ ਵੱਲ ਵੱਧ ਰਹੇ ਆ। ਇਹ ਅਜੇ ਢੁੜਕ ਰਹੇ ਆ। ਨਰਸ ਦੀ ਅਚਾਨਕ ਆਵਾਜ਼ ਮੇਰੇ ਕੰਨੀ ਪੈਂਦੀ ਹੈ। ਮੈਂ ਉਹਨਾਂ ਵੱਲ ਪਰਤਦਾ। ਤਿੰਨੇ ਜਵਾਨ ਗੱਭਰੂ ਐ ਮੈਂ ਉਹਨਾਂ ਦੀ ਦੇਖਭਾਲ ਸ਼ੁਰੂ ਕਰ ਦੇਣਾ। ਜੇ ਇਹਨਾਂ ਨੂੰ ਮੁਰਦਾਖਾਨੇ 'ਚ ਸੁੱਟਿਆ ਜਾਂਦਾ ਤਾਂ ਮੁਰਦਾਖਾਨਾ ਨੱਕੋ ਨੱਕ ਭਰ ਜਾਣਾ ਸੀ। ਅਸੀਂ ਗੇਟ ਵੀ ਨਹੀਂ ਸੀ ਬੰਦ ਕਰ ਸਕਤੇ ਨਰਸ ਕਹਿ ਰਹੀ। ਨਾਲੇ ਬੂ ਵਖਰੀ ਆਉਣੀ ਸੀ ਸਾਰਾ ਦਿਨ ਜਮਾਦਾਰ ਕਹਿੰਦਾ ਤਿੰਨੋਂ ਫੱਟੜ ਯੁਵਕਾਂ ਦਾ ਰੰਗ ਹਲਦੀ ਵਰਗਾ ਪੀਲਾ ਹੈ ਉਹਨਾਂ ਦੀ ਸਾਰੀ ਰਤ ਨਿਚੜ ਗਈ ਹੈ ਉਹਨਾਂ ਨੂੰ ਡ੍ਰਿਪ ਲਾ ਕੇ ਬਲੱਡ ਟ੍ਰਾਂਸਫਿਊਜ਼ਨ ਦੇਣਾ ਪਏਗਾ ਪਰ ਸਟੋਰ 'ਚ ਬਲੱਡ ਨਹੀਂ ਬਲੱਡ ਤਾਂ ਕੱਲ ਜੋਗਣਾ ਦੇ ਖੱਪਰ 'ਚ ਭਰਿਆ ਜਾ ਰਿਹਾ ਜਿੱਥੋਂ ਢੁੱਲ ਢੁੱਲ ਕੇ ਉਤਰਦੀ ਚ ਵਿਅਰਥ ਰੁਲਦਾ ਪਿਆ ਫੱਟੜਾਂ ਦੀਆਂ ਅੱਖੀਆਂ 'ਚ ਸਿਸਕਦਾ ਹੋਇਆ ਦਰਦ ਮੈਂ ਵੇਖ ਲਿਆ ਮੈਂ ਉਹਨਾਂ ਨੂੰ ਢਾਰਸ ਦੇਣਾ ਤਰਵਾਸ ਬਣਾਉਣਾ ਫਿਕਰ ਨਾ ਕਰੋ ਅਸੀਂ ਕਿਤੋਂ ਨਾ ਕਿਤੋਂ ਖੂਨ ਦਾ ਪ੍ਰਬੰਧ ਕਰਾਂਗੇ ਜੇ ਮੈਨੂੰ ਆਪਣਾ ਖੂਨ ਵੀ ਦੇਣਾ ਪਿਆ ਤਾਂ ਦੇ ਦਾਂਗਾ ਉਹਨਾਂ ਚੋਂ ਇੱਕ ਯੁਵਕ ਮੈਨੂੰ ਵੇਖਦਾ ਚੀਕ ਉੱਠਦਾ ਨਹੀਂ ਮੈਂ ਉਹਦੇ ਕੋਲ ਜਾਣਾ ਮੈਨੂੰ ਵੇਖ ਕੇ ਕੁਝ ਕਹਿਣਾ ਚਾਹੁੰਦਾ ਪਰ ਕਹਿ ਨਹੀਂ ਸਕਦਾ ਦਰਦ ਦੀ ਸੀਮਾ ਚੋਂ ਲੰਘਦਾ ਹੋਇਆ ਉਹ ਯੁਵਕ ਬਿਟਰ ਬਿਟਰ ਮੈਨੂੰ ਦੇਖ ਰਿਹਾ ਮੈਂ ਉਹਦੇ ਜ਼ਖਮ ਧੋ ਕੇ ਮਲਮ ਪੱਟੀ ਕਰਦਾ ਉਹਨੂੰ ਬੇਹੋਸ਼ੀ ਦਾ ਟੀਕਾ ਲਾਉਣਾ ਤੇ ਬੈੱਡ ਤੇ ਪਾ ਦੇਣਾ ਬਾਹਰ ਰਾਤ ਦੀਆਂ ਰਗਾਂ ਚੋਂ ਰਸਤਾ ਹੋਇਆ ਕਾਲਾ ਲਹੂ ਸਾਰੇ ਦਾ ਸਾਰਾ ਨਿਚੜ ਗਿਆ ਉਦੀ ਰੰਗਤ ਵੀ ਪੀਲੀ ਪੈਣੀ ਸ਼ੁਰੂ ਹੋ ਗਈ ਹੈ ਦੂਰ ਗਿਰਜੇ ਦਾ ਘੰਟਾ ਮਸਜਿਦ ਦੇ ਮੁਨਾਰਿਆਂ ਨੂੰ ਕੰਬਾ ਛਿੜ ਪੈਂਦਾ ਮੰਦਰ ਦੇ ਕਲਸ਼ ਚਕਰਾਂਦੇ ਹਨ ਤੇ ਗੁਰਦੁਆਰੇ ਵਿੱਚ ਗੁਰਬਾਣੀ ਦੀਆਂ ਤੁਕਾਂ ਸਖਣੀਆਂ ਦੀਵਾਰਾਂ ਨਾਲ ਸਿਰ ਪਟਕਦੀਆਂ ਰਹਿੰਦੀਆਂ ਅਬ ਕੀ ਬਾਰ ਬਖਸ਼ ਬੰਦੇ ਕੋ ਖੁਦਾਵੰਦ ਕਰੀਮ ਇਹ ਗੁਨਾਹਗਰ ਹਨ ਪਰ ਤੂੰ ਤਾਂ ਬਖਸ਼ਣਹਾਰ ਹੈ ਇਹ ਲੋਕ ਨਹੀਂ ਜਾਣਦੇ ਜੋ ਕੁਝ ਇਹ ਕਰ ਰਹੇ ਹੈ ਇਹ ਗੁਨਾਹ ਹੈ ਕਿਰਨਾਂ ਦੇ कोर्ट ਨੂੰ ਜਿੱਤਣ ਲਈ ਸਭ ਤੋਂ ਵੱਡਾ ਹਥਿਆਰ ਪਿਆਰ ਹੀ ਹੈ ਮੇਰਾ ਜੀ ਕਰਦਾ ਕਿਸੇ ਨੂੰ ਪੁੱਛਾਂ ਕਿ ਬਾਹਰ ਫੈਲੀ ਹੋਈ ਨਫ਼ਰਤ ਦੀ ਦਲਦਲ ਕਿੰਨੀ ਡੂੰਗੀ ਹੈ ਉਸ ਚ ਘੋੜੇ ਦੇ ਖੁਰ ਡੁੱਬੇ ਆ ਲੱਤਾਂ ਡੁੱਬੀਆਂ ਕਿ ਸਵਾਰ ਸਮੇਤ ਘੋੜਾ ਗਰਤ ਹੋ ਗਿਆ ਪਰ ਮੈਂ ਕਿਹਨੂੰ ਪੁੱਛਾਂ ਉਹ ਨੌਜਵਾਨ ਜੀ ਨੇ ਮੈਨੂੰ ਵੇਖ ਕੇ ਜ਼ੋਰ ਦੀ ਨਾਂ ਕੀਤੀ ਸੀ ਬਿਟਰ ਬਿਟਰ ਮੇਰੇ ਵੱਲ ਚਾਹ ਕਰਿਆ ਉਹਦੀਆਂ ਨਜ਼ਰਾਂ ਦੀ ਬੇਯਕੀਨੀ ਖਤਮ ਹੋ ਗਈ ਹੈ ਉਹ ਦ੍ਰਿੜ ਵਿਸ਼ਵਾਸ ਨਾਲ ਮੇਰੇ ਵੱਲ ਵੇਖ ਕੇ ਹੌਲੀ ਹੌਲੀ ਮੈਨੂੰ ਆਪਣੇ ਕੋਲ ਸੱਦਦਾ ਕਿਉਂ ਕੁਛ ਚਾਹੀਦਾ ਹੈ ਹਾਂ ਡਾਕਟਰ ਬੋਲੋ ਮੈਂ ਤੁਹਾਡੇ ਪੈਰ ਛੂਕੇ ਆਪਣੇ ਮੱਥੇ ਨੂੰ ਲਾਉਣਾ ਚਾਹੁੰਦਾ ਹੈ ਇਹ ਮੇਰੀ ਇੱਛਾ ਹੈ ਮੇਰੀ ਤਮੰਨਾ ਹੈ ਕਿਉਂ ਮੈਂ ਤੁਹਾਡਾ ਗੁਨਾਹਗਾਰ ਹਾਂ ਕਿਵੇਂ ਤੁਹਾਨੂੰ ਯਾਦ ਹੈ ਇੱਕ ਵਾਰੀ ਤੁਸੀਂ ਸਾਡੇ ਮਹੱਲੇ ਚੋਂ ਲੰਘ ਰਹੇ ਸੀ ਮੈਨੂੰ ਯਾਦ ਨਹੀਂ ਕੁਝ ਮੁੰਡਿਆਂ ਨੇ ਤੁਹਾਨੂੰ ਗਾਲ੍ਹਾਂ ਕੱਢੀਆਂ ਸੀ ਮਾੜਾ ਜਿਹਾ ਯਾਦ ਹੈ ਪਰ ਹੁਣ ਤੱਕ ਮੈਂ ਉਸ ਘਟਨਾ ਨੂੰ ਪੂਰੀ ਤਰ੍ਹਾਂ ਭੁਲਾ ਦਿੱਤਾ ਮੈਨੂੰ ਤਾਂ ਉਹਨਾਂ ਦੀਆਂ ਸ਼ਕਲਾਂ ਵੀ ਭੁੱਲ ਗਈਆਂ ਬੁਰਾਈ ਨੂੰ ਭੁਲਾ ਦੇਣਾ ਭਗਵਾਨ ਦਾ ਗੁਨਾਹ ਹੈ ਸ਼ਾਇਦ ਤੁਹਾਨੂੰ ਪਤਾ ਨਹੀਂ ਡਾਕਟਰ ਉਹਨਾਂ ਜ਼ਲੀਲ ਮੁੰਡਿਆਂ 'ਚ ਇੱਕ ਮੈਂ ਵੀ ਸੀ ਮੈਂ ਬੇਯਕੀਨੀ ਜਈ ਨਾਲ ਉਸ ਵੱਲ ਵੇਖਦਾ ਉਹਦੀਆਂ ਅੱਖਾਂ 'ਚ ਹੰਝੂਆਂ ਦੇ ਹੜ ਉਮੜ ਆਉਂਦੇ ਐ ਮੈਂ ਆਪਣੇ ਹੱਥ ਨਾਲ ਉਹਦੇ ਹੰਝੂ ਪਹੁੰਚਦਾ ਤੇ ਪਿਆਰ ਨਾਲ ਗੱਲ ਪਿਆਰ ਨਾਲ ਗੱਲ ਫਲੋਸਦਾ ਆਪ ਆਪ ਮੁਹਾਰੇ ਮੇਰੇ ਮੂੰਹੋਂ ਨਿਕਲਦਾ ਪਾਗਲ ਨਾ ਹੋਵੇ ਤੇ ਧੰਨ